ਦਿੱਤਾ ਜਿਨ੍ਹਾਂ ਨੇ ਇਸ ਕਲਮੇ ਨੂੰ ਪੁਕਾਰਿਆ ਏ, ਜਿਨ੍ਹਾਂ ਨੇ ਇਸ ਕਲਮੇ ਨੂੰ ਜੁਜ਼ਵੇ ਈਮਾਨ ਬਣਾਇਆ ਏ, ਜਿਨ੍ਹਾਂ ਨੇ ਇਸ ਕਲਮੇ ਦੇ ਬਦਲੇ ਦੇ ਅੰਦਰ ਜਿਸਮ ਛਲਣੀ ਕਰਵਾਏ ਤੇ ਮਾਰਾਂ ਖਾਦੀਆਂ ਨੇ ਨਾ, ਉਹਨਾਂ ਲੋਕਾਂ ਦੇ ਵਿੱਚੋਂ ਮੈਨੂੰ ਯਾਦ ਆਏ ਨੇ ਨਾ, ਹਜ਼ਰਤ ਅਬਦੁਲ ਉਜ਼ਾ ਨੇ, ਅਬਦੁਲ ਉਜ਼ਾ ਨੇ ਨਾ, ਅੱਲਾਹੁ ਅਕਬਰ ਕਬੀਰਾ, ਮੇਰੇ ਪਾਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਹਜ਼ਰਤ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਨਬੀ ਅਲੈਹਿ ਸਲਾਮ ਮੱਕਿਓਂ ਹਿਜਰਤ ਕਰਕੇ ਮਦੀਨਾ ਤਯਬਾ ਅੰਦਰ ਤਸ਼ਰੀਫ ਲਿਆਉਂਦੇ ਨੇ ਨਾ, ਇਧਰੋਂ ਪਿੱਛੇ ਅਬਦੁਲ ਉਜ਼ਾ ਕੇ ਨਾ, ਉਹਨਾਂ ਦੇ ਕੰਨ ਅੰਦਰ ਕੁਰਾਨ ਦੀ ਇਸਲਾਮ ਦੀ ਆਵਾਜ਼ ਪੈਂਦੀ ਗੇ ਨਾ, ਲਾ ਇਲਾਹਾ ਇਲੱਲਾ ਦੀਆਂ ਆਵਾਜ਼ਾਂ ਪੈਂਦੀਆਂ ਨੇ ਨਾ, ਮੁਸਲਮਾਨ ਹੋ ਜਾਂਦੇ ਨੇ। ਲੇਕਿਨ ਹੋਇਆ ਕੀ ਏ, ਆਪਣੇ ਬੜਿਆਂ ਕੋਲੋਂ ਡਰਦਿਆਂ ਹੋਇਆ ਉੱਥੇ ਇਬਾਦਤ ਨਹੀਂ ਕਰਦੇ, ਇਵੇਂ ਮੱਕਿਓਂ 2-2.5 ਮੀਲ ਜਾਂ ਕੁਝ ਫਾਸਲੇ 'ਤੇ ਉਹਨਾਂ ਦਾ ਮੁਕਾਮ ਇੱਕ ਮਕਾਨ ਮੌਜੂਦ ਹੈ ਨਾ, ਉਸ ਮੁਕਾਮ 'ਤੇ ਜਾ ਕਰਕੇ ਅੱਲਾਹੁ ਅਕਬਰ ਇਬਾਦਤਾਂ ਕਰਦੇ ਨੇ ਨਾ। ਇੱਧਰੋਂ ਇੱਕ ਦਿਨ ਚਾਚਾ ਵੇਖਦਾ ਹੈ ਅਬਦੁਲ ਉਜ਼ਾ ਕਿੱਧਰ ਜਾ ਰਿਹਾ ਹੈ ਨਾ, ਅਬਦੁਲ ਉਜ਼ਾ ਦੇ ਮਗਰ ਮਗਰ ਹੋ ਗਏ, ਅਬਦੁਲ ਉਜ਼ਾ ਦੇ ਮਗਰ ਮਗਰ ਆ ਰਹੇ ਨੇ ਨਾ, ਪਿੱਛੇ ਪਿੱਛੇ ਆਏ। ਅਬਦੁਲ ਉਜ਼ਾ ਮਕਾਨ ਅੰਦਰ ਆ ਕਰਕੇ ਅੱਲਾ ਸੋਹਣੇ ਦੀਆਂ ਇਬਾਦਤਾਂ ਕਰੀ ਜਾ ਰਹੇ ਨੇ ਨਾ। ਇੱਧਰੋਂ ਚਾਚਾ ਆਉਂਦਾ ਕਹਿੰਦਾ ਓਏ ਅਬਦੁਲ ਉਜ਼ਾ, ਤੂੰ ਖਾਵੇਂ ਸਾਡਾ ਤੇ ਗਾਵੇਂ ਕਿਸੇ ਹੋਰ ਦਾ, ਨਹੀਂ ਨਹੀਂ ਸਾਡੇ ਮਾਬੂਦਾਂ ਨੂੰ ਛੱਡ ਕਰਕੇ ਮੁਹੰਮਦ ਦੇ ਖੁਦਾ ਦੀ ਉਸ ਅੱਲਾ ਦੀ ਇਬਾਦਤ ਕਰਨਾ ਕਹਿਣਾ, ਨਹੀਂ ਨਹੀਂ ਸਾਡੇ ਮਾਬੂਦਾਂ ਨੂੰ ਵੀ ਪੂਜਣਾ ਹੋਏਗਾ, ਇਹਨਾਂ ਦੇ ਕੋਲੋਂ ਵੀ ਨਜ਼ਰਾਂ ਤੇ ਨਿਆਜ਼ਾਂ ਮੰਨਣੀਆਂ ਹੋਣਗੀਆਂ। ਨਹੀਂ ਨਹੀਂ ਅਬਦੁਲ ਉਜ਼ਾ, ਐਵੇਂ ਨਹੀਂ ਹੋ ਸਕਦਾ, ਅਬਦੁਲ ਉਜ਼ਾ ਛੱਡ ਦੇ ਚੰਗਾ ਰਹਿ ਜਾਏਗਾ। ਅਬਦੁਲ ਉਜ਼ਾ ਕਹਿਣ ਲੱਗੇ ਚਾਚਾ ਮੈਨੂੰ ਤੇ ਕਲਮੇ ਦੀ ਸਮਝ ਹੀ ਹੁਣ ਆਈ ਏ ਨਾ। ਨਹੀਂ ਚਾਚਾ ਜੀ, ਤੁਹਾਡੀ ਗੱਲ ਨਹੀਂ ਮੰਨੀ ਜਾ ਸਕਦੀ, ਤੁਸੀਂ ਬਾਪ ਬਜਾਓ ਨਾ, ਬਾਪ ਵਾਲੇ ਮੁਕਾਮ ਤੇ ਹੋ ਨਾ, ਲੇਕਿਨ ਮੈਂ ਤੁਹਾਡੀ ਗੱਲ ਨਹੀਂ ਮੰਨ ਸਕਦਾ। ਨਹੀਂ 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 ਚਾਚਾ ਜੀ, ਜਿਹਨੂੰ ਸਮਝ ਆ ਜਾਏ, ਲਾ ਇਲਾਹਾ ਇਲੱਲਾਹ ਨੂੰ ਕਿਵੇਂ ਛੱਡੇ ਜਦੋਂ ਨੂੰ ਸਮਝ ਆ ਜਾਏ। ਚਾਚਾ ਕਹਿੰਦਾ ਅੱਛਾ ਅਬਦੁਲ ਉਜ਼ਾ, ਤੈਨੂੰ ਗੱਲ ਸਮਝ ਨਹੀਂ ਆ ਰਹੀ, ਅਗਰ ਨਹੀਂ ਛੱਡੇਗਾ ਤਿਆਰ ਹੋ ਜਾ, ਤੂੰ ਜਾਣਨਾ ਨਾ ਤੇਰਾ ਵਾਲਿਦ ਤੈਨੂੰ ਨੰਗ ਧੜੰਗ ਨੂੰ ਛੱਡ ਕਰਕੇ ਫੌਤ ਹੋਇਆ, ਕੋਈ ਚੀਜ਼ ਤੇਰੇ ਕੋਲ ਨਹੀਂ ਸੀ ਨਾ, ਮੈਂ ਤੈਨੂੰ ਪੜ੍ਹਾਇਆ ਲਿਖਾਇਆ ਕਾਰੋਬਾਰ ਕਰਨ ਵਾਲਾ ਬਣਾਇਆ। ਅਬਦੁਲ ਉਜ਼ਾ ਜਿਹੜਾ ਪਰਫਿਊਮ ਖੁਸ਼ਬੂ, ਜਿਹੜੀ ਖੁਸ਼ਬੂ ਤੂੰ ਇੱਕ ਦਫ਼ਾ ਇਸਤੇਮਾਲ ਕਰੇ ਦੁਬਾਰਾ ਨਹੀਂ ਕਰਦਾ, ਜਿਹੜਾ ਜੂਤਾ ਇੱਕ ਮਰਤਬਾ ਪਹਿਨੇ ਦੁਬਾਰਾ ਨਹੀਂ ਪਹਿਨਦਾ, ਜਿਹੜਾ ਸੂਟ ਜ਼ੇਬੇ ਤਨ ਕਰੇ ਉਹਨੂੰ ਦੁਬਾਰਾ ਤੂੰ ਨਹੀਂ ਪਹਿਨਦਾ, ਯਾਨੀ ਨਾਜ਼ੋ ਨੇ ਮੰਦਰ ਮੈਂ ਤੈਨੂੰ ਪਾ ਲਿਆ ਏ। ਯਾਦ ਰੱਖ ਤੇਰਾ ਆਪਣਾ ਤੇ ਕੁਝ ਵੀ ਨਹੀਂ ਏ, ਮੈਂ ਤੇਰੇ ਕੋਲੋਂ ਸਾਰਾ ਕੁਝ ਖੋ ਲਵਾਂਗਾ, ਲੈ ਲਵਾਂਗਾ ਨਾ, ਆ ਨਾ ਤੇਰੀ ਚੱਲ ਕਰਕੇ ਮੱਕੇ ਦੀ ਵੱਡੀ ਪੰਚਾਇਤ ਅੰਦਰ ਗੱਲ ਹੋਏਗੀ ਨਾ, ਉੱਥੇ ਤੇਰੇ ਕੋਲੋਂ ਸਾਰਾ ਕੁਝ ਵਾਪਸ ਲੈ ਲਿਆ ਜਾਏਗਾ। ਮੈਂ ਨਾ ਵੀਰ ਸੋਹਣਿਆ, ਜ਼ਰਾ ਤੈਨੂੰ ਇੱਕ ਨੁਕਤੇ ਦੀ ਬਾਤ ਸਮਝਾਉਂਦਾ ਜਾਵਾਂ, ਜਦੋਂ ਬੰਦੇ ਕੋਲ ਪਾਵਰ ਹੁੰਦੀ ਏ, ਤਾਕਤ ਹੁੰਦੀ ਏ ਨਾ, ਫਿਰ ਉਹਦੀ ਤਾਕਤ ਬੋਲਦੀ ਏ, ਉਹਦੀ ਪਾਵਰ ਬੋਲਦੀ ਏ, ਜ਼ੁਲਮ ਕਰਦਾ ਏ, ਇਨਸਾਫ ਨਹੀਂ ਕਰਦਾ। ਜਦੋਂ ਰੁਪਿਆ ਪੈਸਾ ਆ ਜਾਂਦਾ ਏ, ਬੰਦੇ ਦੀ ਜ਼ਬਾਨ ਹੀ ਬਦਲ ਜਾਂਦੀ ਏ ਨਾ, ਫਿਰ ਬੰਦਾ ਪੈਸੇ ਦੀ ਜ਼ਬਾਨ ਬੋਲਦਾ ਏ। ਮੈਂ ਆਨਾ ਤੂੰ ਵੇਖ ਕਾਇਨਾਤ ਅੰਦਰ ਇਸ ਤਰ੍ਹਾਂ ਦੇ ਲੋਕ ਵੀ ਆਏ ਸਨ, ਉਸੇ ਦੌਰ ਅੰਦਰ ਇਹੋ ਜਿਹੇ ਲੋਕ ਵੀ ਆਏ ਸਨ, ਅੱਲਾ ਨੇ ਪਾਵਰ ਅਤਾ ਫਰਮਾਈ ਤੇ ਦੁਨੀਆ ਦੀਆਂ ਸੁਪਰ ਪਾਵਰ ਤਾਕਤਾਂ ਨੂੰ ਉਹਨਾਂ ਦੇ ਕਦਮਾਂ ਅੰਦਰ ਝੁਕਾ ਛੱਡਿਆ, ਉਹਨਾਂ ਦੇ ਕਦਮਾਂ ਅੰਦਰ ਢੇਰ ਕੱਢ ਛੱਡਿਆ। ਪੈਸਾ ਆਇਆ ਤੇ ਫਿਰ ਪੈਸਾ ਹੀ ਆਇਆ, ਬਹੁਤ ਜ਼ਿਆਦਾ ਮਾਲੋ ਦੌਲਤ ਆਇਆ, ਫਤੂਹਾਤ ਹੋਈਆਂ, ਨਹੀਂ ਬਦਲੇ ਤੇ ਮੇਰੇ ਨਬੀ ਦੇ ਸਹਾਬਾ ਨਹੀਂ ਬਦਲੇ, ਪਾਵਰ ਦਾ ਗਲਤ ਇਸਤੇਮਾਲ ਨਹੀਂ ਫਰਮਾਇਆ, ਪੈਸੇ ਦਾ ਗਲਤ ਇਸਤੇਮਾਲ ਨਹੀਂ ਫਰਮਾਇਆ। ਅੱਲਾਹੁ ਅਕਬਰ ਅੱਲਾ ਅੱਲਾ। ਇਹ ਅਬਦੁਲ ਉਜ਼ਾ ਦਾ ਚਾਚਾ ਇੱਕ ਪੰਚਾਇਤ ਬਣਾਉਂਦਾ ਗਏ ਨਾ, ਗੱਲ ਕਰਦਾ ਏ, ਪੰਚਾਇਤ ਫੈਸਲਾ ਸੁਣਾਉਂਦੀ ਏ, ਅਬਦੁਲ ਉਜ਼ਾ ਅਗਰ ਤੂੰ
ਯਕੀਨ ਰੱਖੇਗਾ ਤੇ ਤੈਨੂੰ ਸਭ ਕੁਝ ਛੱਡਣਾ ਹੋਏਗਾ। ਉਸੇ ਭਰੀ ਮਜਲਸ ਦੇ ਅੰਦਰ ਵੀਰ ਸੋਹਣਿਆ, ਮੈਂ ਤੇ ਤੂੰ ਲਾ ਇਲਾਹਾ ਇਲੱਲਾ ਦਾ ਸਹੀ ਲਜ਼ਤ ਮੈਂ ਤੇ ਤੂੰ ਅਸੀਂ ਹਾਸਲ ਹੀ ਨਹੀਂ ਕਰ ਸਕੇ। ਸਾਡੇ ਵਾਸਤੇ ਤੇ ਮਿੱਠਾ ਮਿੱਠਾ ਹੀ ਨਾ, ਗਰਮੀਆਂ ਹੋਵਣ ਤੇ ਏਸੀਆਂ ਦੇ ਇੰਤਜ਼ਾਮ, ਸਰਦੀਆਂ ਹੋਵਣ ਤੇ ਹੀਟਰਾਂ ਦੇ ਇੰਤਜ਼ਾਮ, ਕਾਲੀਨ ਤੇ ਕਾਰਪੇਟ ਗਲੀਚੇ ਬੜੇ ਬੜੇ ਸੋਹਣੇ, ਨਮਾਜ਼ ਪੜ੍ਹਨੇ ਵਾਸਤੇ ਮੈਂ ਨਾ ਪੁੱਛੋ ਨਾ ਲੋਕਾਂ ਕੋਲੋਂ ਜਿਨ੍ਹਾਂ ਨੇ ਲਾ ਇਲਾਹਾ ਇਲੱਲਾ ਆਖਿਆ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਅਜੀਰਨ ਕਰ ਦਿੱਤਾ ਗਿਆ ਹੈ ਨਾ। ਅੱਲਾਹੁ ਅਕਬਰ ਅੱਲਾ ਅੱਲਾ, ਅਬਦੁਲ ਉਜ਼ਾ ਸਾਰਾ ਕੁਝ ਵਾਪਸ ਕਰ ਛੱਡਦੇ ਨੇ ਨਾ, ਹੁੰਦਾ ਕੀ ਹੈ? ਚਾਚਾ ਕਹਿਣ ਲੱਗਿਆ, ਕਹਿੰਦਾ ਜਦੋਂ ਟੁਰਨ ਲੱਗੇ ਚਾਚਾ ਕਹਿੰਦਾ ਅਬਦੁਲ ਉਜ਼ਾ ਖੜੋ ਜਾ, ਠਹਿਰ ਜਾ। ਅਬਦੁਲ ਉਜ਼ਾ ਖੜੇ ਨੇ ਨਾ, ਕਹਿੰਦਾ ਜਿਹੜਾ ਸੂਟ ਜ਼ੇਬੇ ਤਨ ਕੀਤਾ ਹੋਇਆ, ਜਿਹੜਾ ਜੂਤਾ ਪਹਿਨਿਆ ਹੋਇਆ, ਇਹ ਵੀ ਮੇਰਾ ਏ, ਮੇਰੇ ਪੈਸਿਆਂ ਦਾ ਏ, ਇਹਨੂੰ ਇੱਥੇ ਉਤਾਰ ਕੇ ਜਾ। ਅੱਲਾਹੁ ਅਕਬਰ, ਰਾਤ ਦਾ ਵੇਲਾ ਅਬਦੁਲ ਉਜ਼ਾ ਨੇ ਸੂਟ ਉਤਾਰਿਆ, ਨੰਗੇ ਹੋ ਕਰਕੇ ਜੂਤਾ ਉਤਾਰਿਆ ਗਏ ਨਾ, ਆਪਣੀ ਮਾਂ ਦੇ ਘਰ ਅੰਦਰ ਆਉਂਦੇ ਨੇ, ਆ ਕਰਕੇ ਦਰਵਾਜ਼ੇ ਤਿਕੜੇ, ਅੰਮਾ ਅੰਮਾ ਪੁੱਤਰ ਕੀ ਗੱਲ ਬਣ ਗਈ, ਅੱਧੀ ਰਾਤ ਕਿਉਂ ਆਇਆ ਹੈ ਨਾ? ਅਬਦੁਲ ਉਜ਼ਾ ਕਹਿਣ ਲੱਗੇ, ਚਾਚੇ ਨੇ ਇੰਜ ਇੰਜ ਦਾ ਸਲੂਕ ਕੀਤਾ ਹੈ, ਬੇਟਾ ਤੇਰਾ ਤੇ ਵੀ ਕੋਈ ਕਸੂਰ ਹੋਏਗਾ ਨਾ। ਜੀ ਅੰਮਾ, ਮੈਂ ਆਖਣਾ ਲਾ ਇਲਾਹਾ ਇਲੱਲਾ, ਅੰਮਾ ਮੈਂ ਆਖਣਾ ਅੱਲਾ ਤੋਂ ਇਲਾਵਾ ਕੋਈ ਮਬੂਦ ਨਹੀਂ ਹੈ। ਇਹ ਗੱਲ ਉਹਨਾਂ ਨੂੰ ਪਚੀ ਨਹੀਂ, ਇਹ ਗੱਲ ਹਜ਼ਮ ਨਹੀਂ ਕਰ ਸਕੇ, ਇਸ ਵਜ੍ਹਾ ਕਰਕੇ ਮੈਨੂੰ ਇਹ ਪਰੇਸ਼ਾਨੀ ਉਠਾਉਣੀ ਪਈ ਹੈ ਨਾ। ਅੰਮਾ ਮੰਮਾ ਕਹਿੰਦੀ, ਚਲਾ ਜਾ ਅਬਦੁਲ ਉਜ਼ਾ, ਅਗਰ ਤੂੰ ਸਾਡਾ ਦੀਨ ਛੱਡ ਦਿੱਤਾ, ਮੇਰੇ ਘਰ ਦੇ ਅੰਦਰ ਤੇਰੇ ਵਾਸਤੇ ਜਗ੍ਹਾ ਕੋਈ ਨਹੀਂ ਹੈ ਨਾ। ਹੁੰਦਾ ਕੀ ਅੰਮਾ, ਇਸ ਹਾਲਤ ਦੇ ਅੰਦਰ ਤੂੰ ਵੇਖ ਲਵੇਂ ਤੇ ਕਦੀ ਨਾ ਜਾਣ ਦੇਵੇਂ। ਅੰਮਾ ਨੇ ਇੱਕ ਕੰਬਲ ਲਿਆ ਗਏ ਨਾ, ਉਹ ਬਾਹਰ ਛੱਡ ਛੱਡਿਆ, ਚਾਦਰ ਬਾਹਰ ਛੱਡ ਦਿੱਤੀ ਹੈ ਨਾ। ਅਬਦੁਲ ਉਜ਼ਾ ਉਸ ਚਾਦਰ ਨੂੰ, ਅੱਧੀ ਚਾਦਰ ਪਾੜਦੇ ਨੇ ਮੋਢਿਆਂ ਤੇ ਰੱਖ ਲੈਂਦੇ ਨੇ, ਅੱਧੀ ਦਾ ਲੰਗੋਟ ਮਾਰਿਆ, ਐਵੇਂ ਮਦੀਨੇ ਦੇ ਰਾਹੀ ਉਹ ਜਾਂਦੇ ਨੇ ਨਾ, ਸਫ਼ਰ ਕਰਦਿਆਂ ਕਰਦਿਆਂ। ਅੱਜ ਮੈਂ ਤੂੰ ਮਦੀਨਾ ਪਾਕ ਅੰਦਰ ਜਾਈਏ, ਬਾਹਰਾਂ ਅਨੋਖੀਆਂ ਨੇ ਨਾ, ਗੱਡੀਆਂ ਤੇਜ਼ ਨੇ, ਸਪੀਡਾਂ ਤੇਜ਼ ਨੇ ਨਾ, ਜਿੱਥੇ ਮਰਜ਼ੀ ਇੰਜ ਬਣਦਾ, ਜਿਹੜਾ ਉਹ ਮਹੀਨਿਆਂ ਦਾ ਸਫ਼ਰ ਚੰਦ ਮਿੰਟਾਂ ਦੇ ਅੰਦਰ ਤੈਅ ਹੋ ਜਾਂਦਾ ਹੈ। ਅਬਦੁਲ ਉਜ਼ਾ ਚੱਲੇ ਪੈਦਲ ਹੀ ਮਦੀਨਾ ਸ਼ਰੀਫ ਅੰਦਰ ਪਹੁੰਚਦੇ ਨੇ ਨਾ, ਰਾਤ ਅੱਧੀ ਰਾਤੋਂ ਡਲੀ ਹੋਈ ਹੈ ਨਾ, ਐਵੇਂ ਤਹੱਜੁਦ ਦਾ ਵਕਤ ਕਰੀਬ ਹੈ ਨਾ। ਅਬਦੁਲ ਉਜ਼ਾ ਆਏ ਤੇ ਮਸਜਿਦ ਨਬੀ ਦੀ ਕੰਧ ਨਾਲ ਲੱਗ ਕਰਕੇ ਬੈਠੇ ਹੋਏ ਨੇ ਨਾ, ਮੇਰੇ ਤੇਰੇ ਪੁਰ ਰਹਿਮਤ ਪੈਗੰਬਰ ਅਲੈਹਿਸ ਸਲਾਮ, ਦੋ ਜਹਾਨਾਂ ਦੀ ਰਹਿਮਤ ਆਕਾ ਸੱਲੱਲਾਹੁ ਅਲੈਹਿ ਵਸੱਲਮ, ਘਰੋਂ ਤਹੱਜੁਦ ਅਦਾ ਕਰਨੇ ਵਾਸਤੇ ਹਜ਼ੂਰ ਨਿਕਲੇ ਨੇ ਨਾ। ਹਜ਼ੂਰ ਆਏ ਤੇ ਵੇਖਿਆ ਇੱਕ ਬੰਦਾ ਸਰਦੀ ਦੇ ਨਾਲ ਠਠਰ ਰਿਹਾ ਹੈ, ਅੱਲਾ ਦੇ ਨਬੀ ਨੇ ਵੇਖਿਆ, ਪੁੱਛਿਆ ਕੌਣ ਮਸਜਿਦ ਦੀ ਦੀਵਾਰ ਨਾਲ ਬੈਠਣੇ ਵਾਲਾ? ਜੀ ਸਰਕਾਰ, ਮੈਂ ਅਬਦੁਲ ਉਜ਼ਾ। ਕਿਹੜਾ ਅਬਦੁਲ ਉਜ਼ਾ? ਜੀ ਮੈਂ ਮੱਕੇ ਵਾਲਾ ਅਬਦੁਲ ਉਜ਼ਾ। ਅਬਦੁਲ ਉਜ਼ਾ ਤੂੰ ਕੀ ਹਾਲ ਬਣਾਇਆ ਹੋਇਆ ਹੈ ਨਾ ਸੋਹਣਿਓ, ਮੈਂ ਤੁਹਾਡਾ ਕਲਮਾ ਜੋ ਪੜ੍ਹ ਲਿਆ ਹੈ, ਅੱਲਾ ਦੀ ਤੌਹੀਦ ਦਾ ਇਕਰਾਰੀ ਜੋ ਹੋ ਗਿਆ ਨਾ। ਜਿਹੜਾ ਬੰਦਾ ਤੌਹੀਦ ਅੰਦਰ ਪੱਕਾ ਹੋਵੇ, ਮੁਸ਼ਰਕੀਨ ਉਹਦੇ ਤੇ ਗੈਜ਼ੋ ਗਜ਼ਬ ਉਠਾਉਂਦੇ ਨੇ ਨਾ। ਅੱਲਾ ਦੇ ਨਬੀ ਨਾਲ ਗੱਲ ਕਰ, ਮੇਰੇ ਨਬੀ ਨੇ ਸੀਨੇ ਮੁਬਾਰਕ ਨਾਲ ਲਗਾਇਆ ਹੈ ਨਾ। ਮੈਂ ਕਹਿੰਦਾ ਹਜ਼ੂਰ ਦਾ ਸੀਨਾ ਮੁਬਾਰਕ, ਤੇ ਜਿਹੜਾ ਸੀਨਾ ਉਹਦੇ ਨਾਲ ਸੀਨੇ ਦੇ ਲੱਗੇ ਉਹ ਵੀ ਸੀਨਾ ਮੁਬਾਰਕ। ਬਰਕਤ ਬਰਕਤ ਮੁੰਤਕਿਲ ਹੋਈ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਨਾ। ਅੱਲਾਹੁ ਅਕਬਰ ਅੱਲਾ ਅੱਲਾ। ਹਜ਼ਰਤ ਅਬਦੁੱਲਾ ਨੂੰ, ਹਜ਼ਰਤ ਅਬਦੁਲ ਉਜ਼ਾ ਨੂੰ ਮੇਰੇ ਨਬੀ ਪਾਕ ਨੇ ਫਰਮਾਇਆ, ਅਬਦੁਲ ਉਜ਼ਾ ਨਾਮ, ਅੱਜ ਤੋਂ ਬਾਅਦ ਤੇਰਾ ਅਬਦੁਲ ਉਜ਼ਾ ਨਹੀਂ ਹੋਏਗਾ, ਉਜ਼ਾ ਤੇ ਬੁੱਤ ਤੇ ਨਾ, ਬੁੱਤ ਦਾ ਬੰਦਾ ਬਗਾ ਦਾ, ਤੇਰਾ ਨਾਮ ਅਬਦੁੱਲਾ ਏ। ਦੋ ਮਹਿਬੂਬ ਤਰੀਨ ਨਾਮ ਨੇ ਅੱਲਾ ਸੋਹਣੇ ਦੇ, ਹਾਂ ਇੱਕ ਅਬਦੁੱਲਾ ਤੇ ਇੱਕ ਅਬਦੁਲ ਰਹਿਮਾਨ, ਅੱਲਾ ਨੂੰ ਬੜੇ ਚੰਗੇ ਲੱਗਦੇ ਨੇ, ਬੜੇ ਪਿਆਰੇ ਨਾਮ ਲੱਗਦੇ ਨੇ। ਅੱਲਾਹੁ ਅਕਬਰ ਕਬੀਰਾ, ਤੇਰਾ ਨਾਮ ਕੀ ਹੋਏਗਾ? ਅਬਦੁੱਲਾ ਹੋਏਗਾ, ਅੱਲਾ ਦਾ ਬੰਦਾ। ਨਾਲੇ ਮੇਰੇ ਨਬੀ ਨੇ ਜਦੋਂ ਵੇਖਿਆ ਉਹਨਾਂ ਦੋ ਟਾਟਾਂ ਦੀ ਤਰਫ, ਹਜ਼ੂਰ ਨੇ ਫਰਮਾਇਆ ਜ਼ੁਲ ਬਜਾ ਦੈਨ। ਇਹ ਜ਼ੁਲ ਬਜਾ ਦੈਨ ਫਿਰ ਨਬੀ ਪਾਕ ਦੀ ਜ਼ੁਬਾਨ ਚੋਂ ਨਿਕਲਿਆ,
اس زبان مبارک چو نکلیا تے اتنا مشہور ہویا اتنا مشہور باز محدث مفسر حضرت عبداللہ دے والد دا نام نہیں جان دے ظلم جا دین دے نام نال مشہور ہوئے۔ اللہ اکبر، جنہاں نے کلمے واسطے جنہاں نے اللہ دی توحید دی خاطر ماراں کھادیاں تے اپنے جسم چھلنی کروائے ان لوگاں دے اندر شمار عبداللہ ظلم جا دین دا رضی اللہ تعالی عنہ۔ پھر ویکھنا جڑا بندہ اتنی محنت کردا ہے اونوں فائدے کیویں ملدے نے نا۔ حضرت عبداللہ صلبہ جادین مسجد نبوی دے اندر نے نا، حضرت عبداللہ نو نبی پاک نے فرمایا عبداللہ تو کم ہور کوئی نہیں کرنا، اج تو بعد تو صفہ یونیورسٹی دا طالب علم ہے نا، تو ایتھے اصحاب صفہ دے نال قران و حدیث دا علم حاصل کرنا ہے نا۔ حضرت عبداللہ ایویں علم حاصل کرنا شروع کر دینے شوق قران دا، قران 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 واہ قران تیریاں عظمتاں تو قربان جاواں، شوق پیا قران کریم دا، قرآن پڑھتے نے اونچی اونچی آواز نال قرآن دیا تلاوتاں کرتے نے نا۔ ایک دن مسجد دے نبوی دے اندر آواز بلند ہے قرآن پڑھنے دے اندر مگن ہوئے ہوئے نے نا۔ اللہ اکبر، ہوندا کی ہے حضرت عمر نے ویکھیا، حضرت عمر کھڑے ہوئے رضی اللہ تعالی عنہ، حضرت عمر فرماندے نے عبداللہ تینوں نہیں پتا اللہ دے نبی نے منع فرمایا ہے جدوں کو بندہ نماز ادا کر رہا ہوئے اودے قریب قرآن نی باغواز بلند نہیں پڑھیا جا سکتا، ہولے پڑھ ذرا، میرے نبی بھی مسجد دے اندر تشریف فرمانے نا۔ حضور کسے اوٹ اندر بیٹھے ہوئے، حضور نے جدو ایک گل سنی میرے نبی دیاں اکھاں چوں چھم چھم کر کے آنسو باخر آئے، میرے نبی نو حضرت عبداللہ ذوالبجا دے اندر او گزریا ویلا یاد آیا اے نا۔ اللہ دے نبی فرمان لگے نا 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 میرے پیارے عمر، نہیں نہیں عمر، نہیں نہیں نہیں، میرے عبداللہ نو کچھ نہیں آکھنا، میرے عبداللہ نو چھڈ دے چھڈ دے، اے اوئے میرا عبداللہ جڑا اللہ دی توحید دی خاطر اپنا تن من دھن لٹا کے آ گیا ہے۔ عمر انہاں نو تے اللہ نے وی نہیں پوچھنا، کیوں پوچھنا، عمر چھڈ دے انہاں نو، عمر چھڈ دے، گل نہ کر، پڑھن دے جویں قرآن میرا عبداللہ پڑھدا ہے۔ اللہ اکبر، لمبیاں باتاں، عبداللہ ذوالبجا دے دا تذکرہ چھڑیا، عبداللہ ذوالبجا دے نا آواز پئی ہے نا، آلائے کلمت اللہ واسطے جہادیاں آوازاں پیندیاں نے نا، لبئی کہندیاں ہویاں میدان اندر کود پیندے نے نا، شہادت ہو جاندی ہے۔ میرے نبی علیہ السلام جدوں انہاں دا جسدے خاکی آندا گئی نا، حضرت ابوبکر صدیق، حضرت عمر رضی اللہ عنہما، دیگر صحابہ بھی موجود نے نا، اللہ دے نبی قریب کھڑے ہوئے نے نا، حضرت عبداللہ دے جدوں جسدے خاکی نو اٹھایا گیا، میرے نبی علیہ السلام نے فرمایا ابو بکر عمر اپنے بھائی نو بڑی عزت دے نال، بڑی عزت، بڑے احترام، بڑے ادب نال اللہ دے اندر اتارو۔